ਤੋਂ ਅਨੁਭਾਈ ਗੁਰੂ ਜੀ ਸੋਇਬ ਜੀ ਹੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰ ਪ੍ਰਸਾਦ ਤੂੰ ਚਉ ਸੱਜਣ ਮੈਂਡਿਓ ਦੇ ਇਸ ਸਿਉ ਤੋਰ ਨੈਣ ਮਹਿੰਜੇ ਤਰਸਦੇ ਕਦ ਪਸੀ ਦੀ ਦੋਰ ਦਰਸ਼ਨ ਪੇਖ ਤ ਮੈਂ ਜਿਉ ਸੁਨ ਕਰ ਬਚਨ ਤੁਮਾਰੇ ਸਤਗੁਰ ਮਨ ਤਨ ਮੇਰਾ ਠਾਰਤੀ ਹੋ ਜਿਉ ਬੁਲਾਵੇ ਤਿਉ ਬੋਲੇ ਸੁਮੀ ਕੁਦਰਤ ਕਮੜ ਘਮਰੀ ਸਾਧ ਸੰਗ ਲਨਿਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿਗੁਰੂ ਜੀ ਤੁਨ੍ਹ੍ਹ ਅਸਰੀ ਮਹਿਲਾ ਪੰਜੋ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸਗੜ ਸੋ ਜਾਣੀ ਤੈਨੇ ਸੁਣਿਆ ਦੁਖ ਸੁਖ ਮੇਰਾ ਤੋ ਬਿਦ ਨੀਕੀ ਖਟਾਨੀ ਜੀ ਕੀ ਇਕਹੀ ਪਮਨੀ ਅਵਰ ਜਤਨ ਕਰ ਰਹੇ ਬੋ ਤੇਰੇ ਤਿਲ ਤਿਲ ਲਈ ਕੀਮਤ ਜਾਣੀ ਜੀ ਕੀ ਇੱਕ ਹੀ ਪੈਮਾਨੀ ਅਵਰੋ ਜਤਨ ਕਰ ਰਹੇ ਵੋ ਤੇਰੇ ਤਿਲ ਤਿਲ ਲਈ ਕੀਮਤ ਜਾਣੀ ਰਹਾ ਅੰਮ੍ਰਿਤ ਨਾਮ ਨਿਰਮਲਕ ਹੀਰਾ ਗੁਰ ਦੀਨੋ ਮੰਤਾਨੀ ਡਿਗ ਨ ਡੋਲ ਦ੍ਰਿੜ ਕਰ ਰਿਓ ਪੂਰਣ ਹੋਏ ਤ੍ਰਿਪਤਾਨੀ ਓ ਜੋ ਬੀਚ ਹਮ ਤੁਮ ਕਾ ਜੋ ਹੋਤੇ ਤਿਲ ਕੀ ਬਾਤ ਮਿਲਾਨੀ ਹੈ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਵਖਾਣੀ ਪ੍ਰਕਟਿਓ ਜੋਤ ਸਹਿਜ ਸੁਖਸ਼ਮ ਬਾਜੇ ਅਨਖਤ ਬਾਣੀ ਕਹੋ ਨਾਨਕ ਨੇ ਚਲ ਘਰ ਬੰਦਿਓ ਗੁਰ ਕੀਓ ਬੰਦਾਨੀ ਪ੍ਰਕਟਿਓ ਜੋਤ ਸਹਿਜ ਸੁਖਸ਼ਮ ਬਾਜੇ ਅਨਖਤ ਬਾਣੀ ਤੋ ਹਨਾਨਕ ਨਿਚਲ ਘਰ ਬੰਦਿਓ ਗੁਰ ਕੀਓ ਬੰਦਨੀ ਸ਼ਬਦ ਗੁਰੁ ਜ਼ਾਇਨਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਪ੍ਰਭੂਰ ਜਗਤ ਗੁਰੂ ਭਗਤ ਵਛਲ ਕਿਰਪਾ ਨਿਧਾਨ ਵਾਲਿਓ ਕਲਾਲਮ ਸਰਵਰੇ ਕੈਨਾਤ ਸਾਇਬ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਮਰਜ ਦੀ ਸਰਪ੍ਰਸਤੀ ਕਬੂਲਦੇ ਹੋਏ ਹਰ ਰੋਜ਼ ਦੀ ਤਰ੍ਹਾਂ ਇੱਕ ਬਾਨੀ ਚੈਨਲ ਦੇ ਮਾਧਿਅਮ ਦੁਆਰਾ ਗੁਰਮਤ ਵਿਚਾਰਾਂ ਸਰਵਨ ਕਰਰੇ ਅਤ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸWARE ਸਤਸੰਗੀ ਜਨੋ ਆਉ ਕੁਝ ਸਮਾਂ ਗੁਰ ਸ਼ਬਦ ਵਿਚਾਰ ਨੂੰ ਜੀਵਨ ਦਾ ਆਧਾਰ ਬਣਾਈਏ ਜ਼ਿੰਦਗੀ ਬਹੁਤ ਆਤਮਾ ਕੀਮਤੀ ਹੈ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਸੰਸਰਗ ਜੀਵਾਂ ਨੂੰ ਇਹ ਜੋ ਮਨੁੱਖਾ ਜਨਮ ਬਖਸ਼ਿਸ਼ ਕੀਤਾ ਹੈ ਇਹਦੇ ਵਿੱਚ ਇੱਕ ਸੁੰਦਰ ਮੌਕਾ ਪ੍ਰਦਾਨ ਕੀਤਾ ਹੈ ਕਿ ਆਇਓ ਸੁਣਨ ਪੜਨ ਕੋ ਬਾਣੀ ਤੋਂ ਉਹ ਗੁਰੂ ਦੀ ਵਿਚਾਰ ਨਾਲ ਜੁੜਿਏ ਗੁਰਮਤਿ ਵਿਚਾਰਾਂ ਅਨਸਾਰ ਕਿਰਦਾਰ ਨੂੰ ਸ਼ਿੰਗਾਰਨ ਦੀ ᔪਗਤੀ ਗੁਰੂ ਪਾਤਸ਼ਾਹ ਪਸੂ ਸਿੱਖਣ ਦੀ ਅਰਦਾਸ ਕਰਿਏ ਤੋਂ ਸਭ ਤੋਂ ਪਹਿਲਾਂ ਗੁਰ ਮਰਿਆਦਾ ਅਨਸਾਰ ਬਾਚਾ ਦਰਬੀਸ਼ ਅੰਮ੍ਰਿਤ ਦੇ ਦਾਤੇ ਕਲਗੀ ਤਰਪੀਤਾ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਛੇ ਦੀ ਬਖਸ਼ੀ ਫਤਿਹ ਨਾਲ ਸੰਕਰੀਏ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪਾਵਨ ਪਵਿੱਤਰ ਮੁਬਾਰਕ ਬੋਲ ਜਿਨ੍ਹਾਂ ਦਾ ਜਿੰਨੇ ਪਾਠ ਸਰਵਨ ਕੀਤਾ ਹੈ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਬਹੁਤ ਵੱਡਾ ਪਰਪਕਾਰ ਸੰਸਰਗ ਜੀਵਾਂ ਤੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੰਪਾਦਿਤ ਕਰਕੇ ਇੱਕ ਬੋਮੁੱਲਾ ਖਜ਼ਾਨਾ ਜੋ ਹੈ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਇਹ ਬੋਮੁੱਲਾ ਖਜ਼ਾਨਾ ਸਾਡੇ ਸੰਮੁਖ ਬਖਸ਼ਿਸ਼ ਕਰਕੇ ਸੰਸਰਗ ਜੀਵਾਂ ਨੂੰ ਅਦਾਇਤ ਕੀਤੀ ਗਈ ਇਹ ਵਸ ਤਜੀ ਨਾ ਜਾਈ ਨਿਤ ਨਿਤਰਾ ਕਰਤਾਰੋ ऐसे गुणਾਂ ਦੇ ਮੁਜਸਮੇ ਪਗ ਪਰਵਦਗਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਚਿਤ ਬਾਣੀ ਤਨਾਸਰੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 671 ਤੇ ਦਰਜ ਹੈ ਸੋਭਾਈ ਮਾਨੇ ਸਿशोਭਤ ਹੈ ਸੁਮੁੱਚੀ ਬਾਣੀ ਗੁਰੂ ਦੀਆਂ ਬਖਸ਼ਿਸ਼ ਦੁਆਰਾ ਗੁੰਝਲਾ ਖੋਲਦੀ ਹੈ ਜੀਵਨ ਦੀਆਂ ਗੁੰਝਲਾ ਖੋਲਦੀ ਨਹੀਂ ਸਗੋਂ ਅਮਲੀ ਜੀਵਨ ਜਿਉਣ ਦੀ ਅਦਾਇਤੀ ਬਖਸ਼ਿਸ਼ ਕਰਦੀ ਏ। ਤੋ ਇਹ ਜੋ ਸ਼ਬਦ ਆਪ ਜੀ ਦੇ ਸਾਹਮਣੇ ਜਿਸ ਦਾ ਆਪ ਜੀ ਨੇ ਮੂਲ ਪਾਠ ਸਰਵਣ ਕੀਤਾ ਹੈ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਕੇਂਦਰੀ ਨੁਕਤੇ ਦੁਆਰਾ ਜੋ ਹਦਾਇਤ ਛੱਡੀ ਚੋਲੀ ਚ ਪਾਈ ਹੈ ਔਰ ਉਸ ਤੋਂ ਸ਼ਬਦ ਵਿਚਾਰ ਦਾ ਗੱਜ ਕਰਦੇ ਆ ਰਹਾਉ ਦੇ ਬੋਲ ਨੇ ਜੀ ਕੀ ਇੱਕ ਹੀ ਪੈ ਮਾਨੀ ਜੀ ਕੀ ਇੱਕ ਹੈ ਪੈ ਮਾਨੀ ਬਈ ਇਹ ਭਾਈ ਜਿੰਦ ਜੜੀ ਹੈ ਜ਼ਿੰਦਗੀ ਜੜੀ ਹੈ ਇਹਦਾ ਇੱਕੋ ਇੱਕ ਪ੍ਰਮਾਤਮਾ ਦੇ ਕੋਲ ਹੀ ਸਾਡੀ ਜੋ ਜੋਦੜੀ ਹੈ ਅਰਦਾਸ ਹੈ ਇਹ ਮੰਨੀ ਜਾਂਦੀ ਜਾਂ ਦੂਜੇ ਸ਼ਬਦਾਂ ਚ ਕਹ ਲਈਏ ਕਿ ਜੀਵਨ ਮਨੁੱਖੀ ਜੀਵਨ ਦਾ ਜੋ ਪ੍ਰਵਾਨ ਹੋਣ ਦਾ ਸਰੋਤ ਹੈ ਉਹ ਕੇਵਲ ਅਰਦਾਸ ਹੈ ਤੇ ਅਰਦਾਸ ਕਰਨੀ ਕਿਦੇ ਅੱਗੇ ਹੈ ਗੁਰੂ ਪਾਚੇ ਨੇ ਕਿ ਕਿ ਅਰਦਾਸ ਕੇਵਲ ਇੱਕੋ ਪ੍ਰਭੂ ਪਰਮਾਤਮਾ ਦੇ ਦਰ ਤੇ ਕਰਨੀ ਹੈ ਕਿਉਂਕਿ ਪਰਮਾਤਮਾ ਦੇ ਕੋਲ ਹੀ ਸਾਡੀ ਜਿਹੜੀ ਅੰਦਰ ਦੀ ਜੋਤੜੀ ਹੈ ਉਹ ਮੰਨੀ ਜਾ ਸਕਦੀ ਹੈ ਇਹ ਪਹਿਲੀ ਪੰਕਤੀ ਵਿੱਚ ਗੁਰੂ ਪਾਚੇ ਨੇ ਬਖਸ਼ਿਸ਼ ਕੀਤਾ ਹੈ ਨਾਲ ਹੀ ਇਹ ਗੱਲ ਵੀ ਸਮਝਾ ਦਿੱਤੀ ਵੀ ਅਵਰ ਜਤਨ ਕਰ ਰਹਿ ਬੋ ਤੇਰੇ ਦਿਲ ਦਿਲ ਨਹੀਂ ਕੀਮਤ ਜਾਣੀ ਕੋਈ ਹੋਰ ਜਿੰਨੇ ਮਰਜੀ ਅਸੀਂ ਢੰਗ ਅਪਣਾ ਲਈਏ ਵਸੀਲੇ ਅਪਣਾ ਲਈਏ ਯਤਨ ਕਰੀਏ ਪਰ ਜਿਹੜਾ ਅਸਲ ਕਾਰਗਰ ਵਸੀਲਾ ਉਹ ਕੇਵਲ ਗੁਰੂ ਦੇ ਦਰ ਤੇ ਸਾਡੀ ਜੋਦੜੀ ਪਰਵਾਨ ਹੋਣੀ ਹੈ ਹੁਣ ਅਰਦਾਸ ਸਾਡੀ ਪਰਵਾਨ ਹੋ ਜਾਏ ਉਹਦੇ ਲਈ ਇੱਕ ਤੇ ਗੁਰੂਪਾ ਜੀ ਨੇ ਇਹ ਗੱਲ ਸਾਨੂੰ ਦੜ ਕਰਵਾਈ ਹੈ ਕਿ ਭਈ ਇਹ ਮਨ ਦੇ ਅੰਦਰ ਨਿਰਮਲ ਭੋ ਰੱਖੀਏ ਦੂਜਾ ਇਹ ਗੱਲ ਮਨ ਦੇ ਅੰਦਰ ਪੱਕੀ ਹੋ ਜਾਏ ਕਿ ਵੀ ਜੀਓ ਡਰ ਤਖ ਹੈ ਆਪਣਾ ਕੈਸਿਓ ਕਰੀ ਪੁਕਾਰ ਵੀ ਪੁਕਾਰ ਕਿਦੇ ਅੱਗੇ ਕਰਨੀ ਹੈ ਤੇ ਫਿਰ ਤੀਜੀ ਗੱਲ ਇਹ ਕਿ ਵੀ ਮਨ ਜੁੜਿਆ ਹੋਏ ਜੇ ਮਨ ਖਿੰਡਿਆ ਮਨ ਹੈ ਤੇ ਫਿਰ ਜਿੱਦੇ ਅੱਗੇ ਅਰਦਾਸ ਕਰਨੀ ਹੈ ਉਹ ਸਾਨੂੰ ਪਤਾ ਹੀ ਨਹੀਂ ਕਿ ਵੀ ਅਰਦਾਸ ਸੁਣਨ ਵਾਲਾ ਕੌਣ ਹੈ ਉਹਦੀ ਕੈਰੈਕਟਰਿਸਟਿਕਸ ਕੀ ਹੈ ਉਹਦੀ ਸ਼ਖਸੀਅਤ ਕਿੰਨੀ ਹੈ ਉਹ ਕਿੰਨਾ ਬਲਵਾਨ ਹੈ ਉਨੀ ਦੇਰ ਸਾਡਾ ਪਰਤਾਰ ਸੰਭਵ ਨਹੀਂ ਹੁਣ ਅਰਦਾਸ ਜੋ ਸ਼ਬਦ ਹੈ ਚਾਰ ਅੱਖਰਾਂ ਦਾ ਇਹ ਸ਼ਬਦ ਹੈ ਇਸ ਵਿੱਚ ਚਾਰ ਅੱਖਰ ਖ ਰਰ ਇੱਕ ਇੱਕ ਅੱਖਰ ਜੋ ਹੈ ਇਹ ਸਾਡੀ ਅਗਵਾਹੀ ਕਰਦਾ ਹੈ ਐੜਾ ਅੱਖਰ ਰਾਰਾ ਅੱਖਰ ਤੇ ਦਦਾ ਕੰਨਾ ਦਾ ਤੇ ਸਸਾ ਚਾਰ ਅੱਖਰਾਂ ਦਾ ਸਮੇਲ ਹੈ ਅਰਦਾਸ ਹੁਣ ਐੜੇ ਤੂੰ ਪਾਵੈ ਉਹ ਅੰਤਰ ਜਾਵੇਂ ਅਕਾਲ ਪੁਰਖ ਪ੍ਰਭੂ ਪਰਮਾਤਮਾ ਇਸੇ ਤਰੀਕੇ ਦੇ ਨਾਲ ਰਾਰਾ ਅੱਖਰ ਜਿਹੜਾ ਉਹ ਇਸ ਗੱਲ ਦਾ ਸੂਚਕ ਹੈ ਕਿ ਵੀ ਪ੍ਰਮਾਤਮਾ ਰਾਖਾ ਹੈ ਰਾਖਾ ਇੱਕ ہمارا ਸੁਆਮੀ ਇਸੇ ਤਰੀਕੇ ਦੇ ਨਾਲ ਦਾਤਾ ਦਦਾ ਅੱਖਰ ਹੈ ਉਹ ਦਦੇ ਕੰਨ ਦਾ ਦਾ ਤੀਸਰਾ ਸ਼ਬਦ ਹੈ ਜੋ ਇਹ ਗੱਲ ਸਾਬਤ ਕਰਦਾ ਹੈ ਵੀ ਪ੍ਰਭੂ ਪ੍ਰਮਾਤਮਾ ਦਾਤਾਰ ਹੈ ਦਾਤਾਂ ਦੇਣ ਵਾਲਾ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਂਦੇ ਟੋਟਣਾ ਆਵੇ ਅਗੰਤ ਪਰੇ ਪੰਡਾਰ ਤੇ ਚੌਥਾ ਕਰੇ ਸੱਸਾ ਸਹਾਰਾ ਬਈ ਸਾਰਿਆਂ ਦਾ ਸਹਾਰਾ ਜੋ ਹੈ ਉਹ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਹੁਣ ਇਹ ਅਰਦਾਸ ਦਾ ਜੋ ਸਮੂਲ ਸਮੁੱਚਾ ਭਾਵ ਹੈ ਉਹ ਇਹ ਹੈ ਵੀ ਉਹ ਅੰਤਰ ਜਾਮੀ ਅਕਾਲ ਪੁਰਖ ਪ੍ਰਭੂ ਪਰਮਾਤਮਾ ਜਿਹੜਾ ਸਰਬਤ ਦੇ ਰਖਵਾਲਾ ਹੈ ਉਹ ਸਰਬਤ ਦੇ ਰਖਵਾਲੇ ਦਾਤਾਰ ਦੇ ਦਰ ਤੇ ਪਰਬੂ ਦਾ ਸਹਾਰਾ ਪਹਾਲਣ ਦੀ ਪ੍ਰਕਿਰਿਆ ਦਾ ਨਾਮ ਅਰਦਾਸ ਹੈ ਇਹ ਗੱਲ ਅਸੀਂ ਸਮਝ ਕੇ ਚੱਲਣਾ ਹੈ ਕਿ ਅਰਦਾਸ ਕੇਵਲ ਇੱਕ ਸ਼ਬਦ ਹੀ ਨਹੀਂ ਇਹ ਗੁੱਜੀ ਰਮਜ਼ ਗੁੱਜੀ ਰਹਸ ਇਹਦੇ ਵੀ ਸਮੋਈ ਹੈ ਤੇ ਜਿਸ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੂੰ ਤੇਾਈ ਫਿਰ ਉਹ ਅਰਦਾਸ ਮੰਨ ਕਰਕੇ ਕਰੇਗਾ ਫਿਰ ਉਹਦੀ ਅਰਦਾਸ ਸੁਣੀ ਵੀ ਜਾਏਗੀ ਕਿਉਂਕਿ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਫਿਰ ਪ੍ਰਭੂ ਕਿਰਪਾਲ ਕਿਰਪਾ ਦੇ ਘਰ ਵਿੱਚ ਆਏਗਾ ਤੇ ਫਿਰ ਉਹਦੇ ਬੋਲ ਮੰਨੇ ਜਾਣਗੇ ਵੀ ਕੀ ਦੀਨ ਕਰੇ ਅਰਦਾਸ ਕਿਉਂਕਿ ਫਿਰ ਇਹ ਜਿਹੜਾ ਦੀਨ ਹੈ ਜਿਹੜਾ ਅਜ਼ਜ਼ ਹੈ ਇਹਦੀ ਅਰਦਾਸ ਦੇ ਬੋਲ ਜਿਹੜੇ ਨੇ ਉਹ ਬੜੇ ਚੁਭਵੇਂ ਹੋਣਗੇ ਇਹ ਅੰਤੇ ਕਰਨ ਚੋਂ ਨਿਕਲੇ ਬੋਲ ਹੋਣਗੇ ਇਹ ਬੋਲ ਜਦੋਂ ਅੰਤਿਕਰਨ ਚ ਪ੍ਰਗਟ ਹੋਣਗੇ ਜਿਵੇਂ ਗੁਰੂ ਪਿਆਰ ਵੱਲਿਓ ਕੋਇਲ ਵੀ ਬੋਲਦੀ ਐ ਤੇ ਕੂਆ ਵੀ ਬੋਲਦਾ ਪਰ ਜਦੋਂ ਕੂਆ ਬੋਲਦਾ ਮਨੁੱਖ ਨੂੰ ਉਡਾਉਣ ਦਾ ਯਤਨ ਕਰਦਾ ਪਰ ਜਦੋਂ ਕੋਇਲ ਬੋਲਦੀ ਐ ਉਹਦੀ ਮਿੱਠੀ ਤੇ ਸੁਰੀਲੀ ਆਵਾਜ਼ ਸੁਣਨ ਲਈ ਮਨੁੱਖ ਜਿਹੜਾ ਬੜਾ ਸੁਚੇਤ ਹੋ ਕੇ ਸੁਣਦਾ ਬਸ ਇਸੇ ਤਰੀਕੇ ਦੇ ਨਾਲ ਉਹ ਪ੍ਰਭੂ ਪਰਮਾਤਮਾ ਜਿਹੜਾ ਅੰਤਰਜਾਮੀ ਐ ਜਿਹੜਾ ਸਭ ਦਾ ਰਖਾ ਐ ਉਹ ਜਦੋਂ ਜਨ ਬਣ ਕੇ ਕੀਤੀ ਅਰਦਾਸ ਮਾਲਕ ਦੇ ਦਰ ਤੇ ਫਿਰ ਉਹ ਅਰਦਾਸ ਸੁਣਦਾ ਸੁਣ Swami ਅਰਦਾਸ ਜਾਨ ਤੂੰ ਅੰਤਰਜਾਮੀ ਉਹ ਅੰਤਰਜਾਮੀ ਪ੍ਰਭੂ ਪਰਮਾਤਮਾ ਫਿਰ ਅਰਦਾਸ ਜਿਹੜੀ ਉਹ ਸੁਣਦਾ ਪਰ ਇੱਥੇ ਗੁਰਪਿਆਰ ਵਾਲਿਓ ਇੱਕ ਨੁਕਤਾ ਸਮਝਣ ਦੀ ਲੋੜ ਹੈ ਕਿ ਉਹ ਪਰਮਾਤਮਾ ਜਿਹੜਾ ਉਹਦੇ ਅੱਗੇ ਦੀਨ ਬਣ ਕੇ ਅਰਦਾਸ ਕਰਨ ਦੀ ਲੋੜ ਹੈ ਤੇ ਜਦੋਂ ਦੀਨ ਬਣ ਕੇ ਔਜ਼ਦ ਬਣ ਕੇ ਇਹ ਗੱਲ ਮੜ ਦੇ ਅੰਦਰ ਧਾਰ ਕੇ ਕਿ ਹੋਏ ਹਮ ਔਗਣ ਪਰੇ ਏਕ ਗੁਣ ਰਾਹੀਂ ਵਾਹਿਗੁਰੂ ਜੀ ਹਮ ਅਪਰਾਧੀ ਗੁਨੇਗਾਰ ਹਉ ਬੇਮੁਖ ਮੰਦਾ ਅਸੀਂ ਅਪਰਾਧੀ ਆ ਗੁਨੇਗਾਰਾਂ ਗੁਨੇਗਾਰ ਕਿਸ ਕਰਕੇ ਇਸ ਕਰਕੇ ਕਿ ਵਈ ਸੁੰਦਰ ਮਨੁੱਖਾ ਜਨਮ ਮਿਲਿਆ ਕਮਨ ਕਾਜ ਸਰਜੇ ਜਗ ਭੀਤਰ ਜਨਮ ਕਮਨ ਫਲ ਪਾਇਆ ਗੁਨੇਗਾਰ ਇਸ ਕਰਕੇ ਆ ਵੀ ਗੋਬਿੰਦ हम ऐसे अपराधी जिन प्रभु जीओ पिंड था दिए तिनकी पाव भगत नहीं सादी ब जिस प्रभु परमात्मा ने सुंदर काया बख्शी है ए संसारिक जीवन बख्शे है उस मालिक प्रभु दी इस परबकारा नु अनगोलेया करके मनुख जे रबी रहमत तू महरूम है फिर उदी अरदास परवान नहीं है तो गुरु पछे ने रहोदय बंदे अंदर ए गल समझाई है कि भाई जेड़ा ਆਪਣੇ ਯਤਨਾਂ ਨਾਲ ਪ੍ਰਭੂ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦਾ ਉਹਦੇ ਫਿਰ ਪਰਮਾਤਮਾ ਦੇ ਆਸਰੇ ਤੋਂ ਬਿੜਾ ਜਿਹੜਾ ਲੋਕਾਂ ਦਾ ਆਸਰਾ ਹੈ ਉਹ ਪ੍ਰਵਾਨ ਨਹੀਂ ਹੈ ਤਿੰਨ ਤਿਲ ਨਹੀਂ ਕੀਮਤ ਜਾਣੀ ਉਹਨੂੰ ਇਸ ਗੱਲ ਦਾ ਸਮਝ ਹੋਣੀ ਚਾਹੀਦੀ ਹੈ ਕਿ ਅਰਦਾਸ ਸੁਣਨ ਵਾਲਾ ਜੋਦੜੀ ਸੁਣਨ ਵਾਲਾ ਕੇਵਲ ਅਕਾਲ ਪੁਰਖ ਪ੍ਰਭੂ ਪਰਮਾਤਮਾ ਹੈ ਉਹਦੇ ਦਰ ਤੇ ਮਨੁੱਖ ਨੇ ਝੁੱਕ ਕੇ ਅਰਦਾਸ ਕਰਨੀ ਹੈ ਇਹ ਮੁੱਖ ਵਿਚਾਰ ਹੈ ਰਹੋ ਦੇ ਬੋਲਾਂ ਦੁਆਰਾ ਸائب ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੋਲੀ ਚ ਪਾਈ ਹੈ ਉਹ ਸਾਰਾ ਸ਼ਬਦ ਜੋ ਅਰਦਾਸ ਦਾ ਇਸੇ ਦੁਆਲੇ ਅਲੇ ਦੁਆਲੇ ਘੁੰਮਦਾ ਤੇ ਫਿਰ ਅਸੀਂ ਗੁਰਮਤਿ ਦੀ ਰੋਸ਼ਨੀ ਵਿੱਚ ਬਾਕੀ ਪੰਕਤੀਆਂ ਨੂੰ ਸਮਝਣ ਦਾ ਯਤਨ ਕਰਦੇ ਹਾਂ ਤਨਸਰੀ ਮਹਿਲਾ ਪੰਜਵਾ ਤਨਸਰੀ ਰਾਗ ਦਾ ਨਾਮ ਹੈ ਮਹਿਲਾ ਪੰਜਵਾ ਪੰਚਮ ਗੁਰਦੇਵ ਸائب ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ੰਤੀ ਦੇ ਪੁੰਜ ਉਹਨਾਂ ਦੀ ਪਾਵਨ ਪਵਿੱਤਰ ਉਚਾਰਤ ਬਣੀ ਹੈ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸਜਾਨੀ ਸਾਇਬ ਸਮਝਾ ਰਹੇ ਨੇ ਬਈ ਇਹ ਪਾਈ ਜਿਸ ਪ੍ਰਮਾਤਮਾ ਦਾ ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਤਨ ਵੀ ਹੈ ਤੇ ਮਨ ਵੀ ਹੈ ਗੁਰੂ ਪਿਆਰ ਵਾਲਿਓ ਅਨਗਿੰਤ ਐਸੇ ਮਨੁੱਖ ਐਸੇ ਜੀਵਤਾਂ ਨੂੰ ਮਿਲਣਗੇ ਜਿਹੜੀ ਸਰੀ ਜ਼ਿੰਦਗੀ ਔਲਾਦ ਤੂੰ ਤਰਸਦੇ ਰਹਿੰਦੇ ਨੇ ਉਹਨਾਂ ਨੂੰ ਔਲਾਦ ਪ੍ਰਾਪਤ ਨਹੀਂ ਹੁੰਦੀ ਪਰ ਜੇ ਅਸੀਂ ਇਹ ਮੰਨ ਲਈਏ ਵੀ ਇਹ ਮਨੁੱਖ ਦੀ ਪ੍ਰਕਿਰਿਆ ਹੈ ਤੇ ਫਿਰ ਤੇ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਪਰ ਨਹੀਂ ਇਹ ਸਭ ਕੁਝ ਜਿਹੜਾ ਹੈ ਇਹ ਤਨ ਵੀ ਬਖਸ਼ਣ ਵਾਲਾ ਤੇ ਮਨ ਵੀ ਬਖਸ਼ਣ ਵਾਲਾ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਇਹ ਸਾਰਾ ਤਨ ਪਦਾਰਥ ਬਖਸ਼ਣ ਵਾਲਾ ਵੀ ਉਹ ਹੈ ਤਿੰਨ ਗੱਲਾਂ ਗੁਰੂ ਅਚੇਨ ਨੇ ਕਿਹਾ ਤਨ ਮਨ ਜਿਸ ਦਾ ਤਨ ਮਨ ਤਨ ਸਭ ਤਿਸ ਦਾ ਤਨ ਵੀ ਉਸੇ ਦਾ ਕੋਈ ਇਹ ਨਹੀਂ ਕਲੇਮ ਕਰ ਸਕਦਾ ਕਿ ਵੀ ਮੈਂ ਆਪਣੀ ਕਿਰਪਾ ਨਾਲ ਆਪਣੀ ਯਤਨਾਂ ਨਾਲ ਮੈਂ ਇੰਨਾ ਵੱਡਾ ਅਮੀਰ ਕਰੋੜਾਪਤੀ ਬਣ ਗਿਆ ਕਿਉਂਕਿ ਪ੍ਰਮਾਤਮਾ ਦੇ ਪਾਸੇ ਤਾਕਤ ਹੈ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਵੱਡੇ ਵੱਡੇ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਤੇ ਭਿਖਾਰੀ ਜਿਹੜਾ ਜੇ ਉਹਦੇ ਤੇ ਦਇਆਲ ਹੋ ਜਾਏ ਉਹਨੂੰ ਰਾਜ ਰਾਜ ਭਾਗ ਦਾ ਮਾਲਕ ਬਣਾ ਦਿੰਦਾ ਪਰ ਕਿਉਂ ਗੁਰੂ ਪਾਚਾ ਗੇਂਦਨ ਬਈ ਤਿਸ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੰਜਾਨੀ ਉਹ ਬਹੁਤ ਸਿਆਣਾ ਹੈ ਉਹ ਅਣਭੋਲ ਨਹੀਂ ਹੈ ਤੇ ਸਭ ਤੋਂ ਵੱਡੀ ਗੱਲ ਕਿ ਵੀ ਇਹ ਸਾਰੀ ਕਲਾ ਵਰਤੋਂ ਲਈ ਉਸ ਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਉਹ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਚਾਓ ਆਪ ਆਸਨ ਜਮਾ ਕੇ ਸੰਸਾਰ ਦੀ ਉਤਪਤੀ ਕਰਕੇ ਸੰਸਾਰਕ ਜੀਵਾਂ ਨੂੰ ਕਾਰੇ ਲਗਾ ਕੇ ਉਹ ਆਪ ਬੈਠਾ ਹੋਇਆ ਉਹ ਇਹ ਸਭ ਕੁਝ ਵਾਚ ਰਿਹਾ ਹੈ ਉਹ ਸਿਆਣਾ ਤਿੰਨ ਗੀ ਸੁਣਿਆ ਦੁਖ ਸੁਖ ਮੇਰਾ ਤੋ ਬਦਲਨੀ ਕੀ ਖਟਾਲੀ ਗੁਰੂ ਪਾਤਸ਼ਾਹ ਕਹਿੰਦੇ ਫਿਰ ਇਹ ਦੁੱਖ ਇਹ ਸੁਖ ਦੁੱਖ ਵੀ ਦੇਣ ਵਾਲਾ ਤੇ ਸੁਖ ਵੀ ਦੇਣ ਵਾਲਾ ਆਪ ਦੁੱਖ ਦੀ ਗੱਲ ਵੀ ਸਾਡੀ ਸੁਣਨ ਵਾਲਾ ਤੇ ਦੁੱਖ ਦੀ ਅਰਦਾਸ ਦਾ ਨਿਬੇੜਾ ਕਰਨ ਵਾਲਾ ਤੇ ਸੁਖ ਪ੍ਰਦਾਨ ਕਰਨ ਵਾਲਾ ਕੌਣ ਹੈ ਕੌਣ ਸੁਣ ਸਕਦਾ ਹੈ ਪਰਮਾਤਮਾ ਤਿੰਨ ਹੀ ਸੁਨਿਆ ਉਹੀ ਸੁਣਨ ਵਾਲਾ ਹੈ ਉਸੇ ਨੂੰ ਇਸ ਗੱਲ ਦਾ ਇਲਮ ਹੈ ਤੋ ਵਿਦਨ ਲੀਕੀ ਖਡਾਨੀ ਗੁਰਪਾਚਾ ਜੀ ਨੇ ਵੀ ਉਹੀ ਸਾਡੀ ਅਰਜੋਈ ਸੁਣਦਾ ਹੈ ਉਹੀ ਸਾਡੀ ਹਾਲਤ ਜਿਹੜੀ ਹੈ ਜਦੋਂ ਸਾਡੀ ਅਰਦਾਸ ਪ੍ਰਵਾਨ ਹੋ ਜਾਏ ਫਿਰ ਸਾਡੀ ਚੰਗੀ ਹਾਲਤ ਬਣਾ ਦਿੰਦਾ ਹੈ ਪਾਪ ਜੀਵਨ ਦੀ ਕਾਇਆ ਕਲਪ ਕਰ ਦਿੰਦਾ ਹੈ ਫਿਰ ਮਨੁੱਖ ਜਿਹੜਾ ਪਟਕਦਾ ਨਹੀਂ ਸਰੀ ਜ਼ਿੰਦਗੀ ਮਨੁੱਖ ਜਿਹੜਾ ਸਿਮਰਨ ਵਹਿਉਨਾ ਜੀਵਨ ਗੁਜ਼ਾਰ ਕੇ ਪ੍ਰਭ ਨਾਲੋਂ ਵਿਤ ਨਹੀਂ ਛੇੜਦਾ ਸਗੋਂ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਇਹ ਗੁਰੂ ਦੇ ਬੋਲਾਂ ਨੂੰ ਪੱਲੇ ਬੰਨ ਕੇ ਜੀਵਨ ਸਵਰਨ ਦੀ ਉਗਤੀ ਗੁਰੂ ਪਾਤੋਂ ਸੋ ਸਿੱਖ ਲੈਂਦਾ ਇਸੇ ਲਈ ਪਾਤਸ਼ਾਹ ਨੇ ਰਹੁ ਦੇ ਬੋਲ ਨਾਲ ਦੁਆਰਾ ਇਹ ਗੱਲ ਸਮਝਾਈ ਇਸ ਵੀ ਜੀ ਕੀ ਇੱਕ ਹੈ ਹੀ ਪੈਮਾਨੇ ਬਈ ਜੀ ਦੀ ਕੋਈ ਇੱਕੋ ਇੱਕ ਵਾਹਿਗੁਰੂ ਪ੍ਰਮਾਤਮਾ ਜਿਹੜਾ ਜੀ ਕੀ ਇੱਕ ਹੈ ਹੀ ਪੈ ਮਾਨੀ ਉਹਦੇ ਦਰਤੀ ਸਾਡੀ ਅਰਦਾਸ ਸਾਡੀ ਜੋਦੜੀ ਮੰਨੀ ਜਾਣੀ ਹੈ ਹੋਰ ਯਤਨ ਜਿੰਨੇ ਵੀ ਮਨੁੱਖ ਕਰ ਲੇ ਉਹ ਪ੍ਰਵਾਨ ਨਹੀਂ ਭਾਵੇਂ ਕਿ ਬਾਕੀ ਚਤੁਰਾਈ ਨਾਲ ਚਤਰ ਪوج ਪਾਈ ਹੈ ਚਲਾਕੀ ਨਾਲ ਸਿਆਨਪਨ ਨਾਲ ਨਾ ਤੇ ਬੰਦਗੀ ਹੋ ਸਕਦੀ ਹੈ ਤੇ ਨਾ ਹੀ ਸਰਬਤ ਦੇ ਭਲੇ ਤੇ ਪਰਪਕਾਰੀ ਗੁਨਾ ਨੂੰ ਜੀਵਨ ਚ ਆਪਣਾਇਆ ਜਾ ਸਕਦਾ ਤੇ ਜਿੰਨੀ ਦੇਰ दैवी ਗੁਨਾ ਦੀ ਅਨਹੋਂਦ ਹੈ ਉਨੀ ਦੇਰ ਸੂਖਸ਼ਮ ਹਉਮੈ ਜਨਮ ਲੈ ਲੈਂਦੀ ਹੈ ਤੇ ਸੂਖਸ਼ਮ ਹਉਮੈ ਇਸ ਤਰ੍ਹਾਂ ਦੀ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਵੇਂ ਪਾਂਬੀਰੀ ਕੇ ਪਾਤ ਪਰਦੋ ਬਿਨ ਪੇਖੇ ਦੁਰਾਇਓ ਬਿਜਵੇਂ तितਲੀ ਦੇ ਪਰਾਂ ਤੋਂ ਵੀ ਬਾਰੀਕ ਸੂਖਸ਼ਮ ਉम्मे ਦਾ ਜਿਹੜਾ ਪਰਦਾ ਉਹ ਫਿਰ ਪ੍ਰਮਾਤਮਾ ਨੂੰ ਦੂਰ ਲੱਗਦਾ ਨੇੜੇ ਹੈ ਦੂਰ ਨਾ ਜਾਣਉ ਇਹ ਅਵਸਥਾ ਤੂੰ ਮਨੁੱਖ ਮਹਿਰੂਮ ਰਹਿ ਜਾਂਦਾ ਉਹ ਸੋਚਦਾ ਵੀ ਪ੍ਰਮਾਤਮਾ ਕਿਤੇ ਦੂਰ ਹੈ ਮੈਂ ਹੀ ਸਿਆਣਾ ਮੈਂ ਹੀ ਸਮਝਦਾਰ ਆ ਤੇ ਮੇਰੀ ਆਪਣੇ ਯਤਨਾਂ ਸਦਕਾ ਮੈਂ ਜ਼ਿੰਦਗੀ ਚ ਇਹ ਅਵਸਥਾ ਪ੍ਰਾਪਤ ਕੀਤੀ ਹੈ ਅਮਰਤ ਨਾਮ ਨਰਮੋਲਕ ਹੀਰਾ ਗੁਰ ਦੀਨੋ ਮੰਤਾ ਨੇ ਸ਼ਬਦਾਂ ਦੇ ਇਨਾ ਬੋਲਾਂ ਦੁਆਰਾ ਗੁਰਪਾਤਛਾ ਸਹੇਬ ਸ੍ਰੀ ਗੁਰਵਰਜਨ ਦੇਵ ਜੀ ਮਹਾਰਾਜ ਸਮਝਾ ਰਹੇ ਨੇ ਕਿ ਵੀ ਪ੍ਰਭੂ ਪਰਮਾਤਮਾ ਦਾ ਨਾਮ ਜਿਹੜਾ ਹੈ ਅੰਮ੍ਰਿਤ ਹੈ ਆਤਮਿਕ ਜੀਵਨ ਦੇਣ ਵਾਲਾ ਹੈ ਤੇ ਇਸ ਆਤਮਿਕ ਜੀਵਨ ਦੇਣ ਵਾਲੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਲਈ ਹੀ ਅਸੀਂ ਇਸ ਮਨੁੱਖਾ ਜਨਮ ਲਿਆ ਜਿਸ ਜਲਨੀ ਦੇ ਕਾਰਨ ਤੁਮ ਜਗਿਆ ਏ ਸੋ ਅੰਮ੍ਰਿਤ ਗੁਰਪਾਈ ਜਿਓ ਇਹਦਾ ਸਰੋਤ ਕੋਣ ਹੈ ਗੁਰੂ ਗੁਰੂ ਦਵਾਰਾ ਗੁਰਪਾਤਛਾ ਕੇਦਰ ਵੀ ਆਤਮਿਕ ਜੀਵਨ ਦੀ ਕਾਇਆ ਕਲਪ ਕਰਨ ਵਾਲਾ ਨਾਮ ਅੰਮ੍ਰਿਤ ਪ੍ਰਾਪਤ ਹੁੰਦਾ ਹੈ ਤੇ ਨਾਮ ਇੱਕ ਐਸਾ ਹੀਰਾ ਜਿਹੜਾ ਕੀਮਤ ਦੇ ਕੇ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਕਿਉਂਕਿ ਕੰਚਨຊਿਉ ਪਈਆ ਨਹੀਂ ਤੋਲ ਮਨ ਦੇ RAM ਲੀਆ ਹੈ ਮੋਲ ਉਹ RAM ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਲਈ ਮਨ ਵੇਚਣ ਦੀ ਲੋੜ ਹੈ ਮਨ ਵਿਕ ਗਿਆ ਤੇ ਫਿਰ ਸਮਝੋ ਅਸੀਂ ਪ੍ਰਭੂ ਦੇ ਦਰ ਤੇ ਕਬੂਲਾ ਗੁਰੂ ਨੇ ਇਹ ਨਾਮ ਮੰਤਰ ਜਿਹੜਾ ਨਾਮ ਦੀ ਸਿੱਖਿਆ ਜਿਹੜੀ ਹੈ ਜਿਸਨੂੰ ਦਿੱਤੀ ਹੈ ਤੇ ਗੁਰਪਾਤਸ਼ਾਹ ਕੇ ਅੰਦਰ ਫਿਰ ਉਹਦੇ ਜੀਵਨ ਦਾ ਆਧਾਰ ਕਿੱਸਾ ਬਣਿਆ ਡਿਗ ਨਾ ਡੋਲੇ ਦਿੜਕਰ ਰਿਓ ਪੂਰਨ ਲਗੋਏ ਤ੍ਰਿਪਤਾਣੀ ਉਹ ਡਿਗਦਾ ਨਹੀਂ ਡਿਗਦਾ ਕਿਵੇਂ ਡਿਗਣ ਤੋਂ ਭਾਵੇਂ ਡਿਗਣ ਤੋਂ ਮੁਰਾਦ ਹੈ ਕਿ ਵਿਕਾਰਾਂ ਦੀ ਖੱਡ ਜੜੀ ਹੈ ਨਾਉ ਕਾਮ ਵਿੱਚ ਡਿਗਦਾ ਨਾ ਕਾਮ ਦੀ ਹਵਸ ਨੂੰ ਤੰਗ ਕਰਦੀ ਹੈ ਨਾ ਹੀ ਉਹ ਕਰੋਧੀ ਹੁੰਦਾ ਹੈ ਤੇ ਜਦੋਂ ਕਰੋਧੀ ਹੋ ਜਾਏ ਮਨੁੱਖ ਫਿਰ ਉਹ ਸੋਸ਼ਲ ਅਬਲੀਗੇਸ਼ਨ ਜਿਹੜਾ ਹੈ ਸੰਸਾਰ ਵਿਚਰਦਿਆਂ ਸਮਾਜ ਦਾ ਜੋ ਵਰਤ ਵਰਤਾ ਰਿਹਾ ਹੋਇ ਸਰ ਦਿੰਦਾ ਹੈ ਇਸੇ ਲਈ ਗੁਰੂ ਪਾਚੇ ਨੇ ਕਿਹਾ ਵੀ ਕਾਮ ਕਰੋਧ ਕਾਇਆ ਕੋ ਗੱਲ ਹੈ ਜੂ ਕੰਚਨ ਸੋਹਾ ਘਟਾਲੇ ਬਈ ਕਾਮ ਤੇ ਕਰੋਧ ਮਨੁੱਖ ਨੂੰ ਐਵੇਂ ਗੱਲ ਕੇ ਨਸ਼ ਤੋਂ ਨਬੂਦ ਕਰ ਦਿੰਦਾ ਜਿਵੇਂ ਸੋਨੇ ਦੇ ਕੜੇ ਨੇ ਕੰਗਣ ਨੇ ਹੋਰ ਜਿੰਨੇ ਵੀ ਭੂਸ਼ਣ ਨੇ ਸੋਨੇ ਦੇ ਉਹਨਾਂ ਨੂੰ ਜੇ ਮੈਲਟ ਕਰਕੇ ਕੋਟਾਲੀ ਵਿੱਚ ਪਾ ਦਿਓ ਤੇ ਕੋਟਾਲੀ ਚ ਉਹ ਫਿਰ ਜਦੋਂ ਬਿਲਕੁਲ ਇੱਕੋ ਡੱਲੀ ਬਣ ਜਾਂਦੇ ਨੇ ਢੇਲੀ ਬਣ ਜਾਂਦੇ ਨੇ ਗੁਰੂ ਪਾਚਾ ਜੀ ਕਹਿੰਦੇ ਨੇ ਭਈ ਇਹ ਡਿੱਗੇ ਨਾ ਡੋਲਾ ਇਹ ਅਵਸਥਾ ਉਦੋਂ ਬਣਦੀ ਹੈ ਜਦੋਂ ਨਾਮ ਦਾ ਅਮੁੱਲਕ ਹੀਰਾ ਇਹ ਮਨ ਵਿੱਚ ਕੇ ਪ੍ਰਾਪਤ ਕਰਨ ਦੀ ਯੁਗਤੀ ਗੁਰੂ ਪਾਸੋਂ ਸੰਸਰਗ ਜੀਵ ਸਿੱਖ ਲੈਂਦੇ ਨੇ ਉਹ ਫਿਰ ਵਿਕਾਰਾਂ ਚ ਮਨ ਨੂੰ ਡਿੱਗਦਾ ਨਹੀਂ ਡਿੱਗੇ ਨਾ ਡੋਲਾ ਡੋਲਦਾ ਵੀ ਨਹੀਂ ਬੋਤੀ ਵਾਰ ਅਸੀਂ ਡੋਲ ਜਾਂਦੇ ਹਾਂ ਕਰਜ ਕੋਈ ਕਲਾ ਕਲੇਸ਼ ਆ ਗਿਆ ਫਿਰ ਮਨੁੱਖ ਦੀ ਅਵਸਥਾ ਐਸੀ ਬਣ ਜਾਂਦੀ ਹੈ ਕਿ ਮਾਲਕ ਪ੍ਰਭੂ ਨੂੰ ਅਲਾਮੇ ਦਿੰਦਾ ਪਰ ਉਸ ਨੂੰ ਇਹ ਗੱਲ ਪਤਾ ਨਹੀਂ ਹੈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਪੱਕੇ ਇਰਾਦੇ ਵਾਲਾ ਜਦੋਂ ਮਨੁੱਖ ਬਣ ਗਿਆ ਉਹ ਫਿਰ ਮੁਕੰਮਲ ਤੌਰ ਤੇ ਮਾਇਆ ਵੱਲੋਂ ਸੰਤੋਖੀ ਹੋ ਜਾਏਗਾ ਡਿਗਾ ਨਾ ਡੋਲ ਡਿੜ ਕਰ ਰਿਓ ਪੂਰਨ ਹੋਏ ਤ੍ਰਿਪਤਾਨੀ ਗੁਰਪਾਚਕ ਦੇ ਵਿੱਚ ਤ੍ਰਿਪਤੀ ਉਹਦੇ ਜੀਵਨ ਚ ਆ ਜਾਂਦੀ ਏ ਫਿਰ ਡੋਲਦਾ ਨਹੀਂ ਫਿਰ ਐਸਾ ਮਨੁੱਖ ਜੋ ਹੈ ساری ਜ਼ਿੰਦਗੀ ਮੇਰੀ ਮੇਰੀ ਕਰਤੇ ਜਨਮ ਗਿਓ ਵਾਲੀ ਅਵਸਥਾ ਤੋਂ ਬਚ ਜਾਂਦਾ ਨਹੀਂ ਤਾਂ ਗੁਰਪਾਚਕ ਨਾਲ ਉਹ ਜੋ ਵਿੱਚ ਹਮ ਤੁਮ ਕਛ ਹੋਤੇ ਹਨ ਤਿਲ ਕੀ ਬਾਤ ਬਿਲਾਨੀ ਜਨੀ ਦੇਰ ਮਨੁੱਖ ਨਾਮ ਹੀਰਾ ਪ੍ਰਾਪਤ ਨਹੀਂ ਕਰਦਾ ਉਹਨੇਂ ਦਿਨ ਮੇੜ ਤੇਰ ਦੇ ਵਿਤਕਰਿਆਂ ਵਿੱਚ ਗ੍ਰਸਤ ਰਹਿੰਦਾ ਪਰ ਜਦੋਂ ਨਾਮ ਹੀਰਾ ਮਿਲ ਜਾਂਦਾ ਫਿਰ ਗੁਰੂ ਪਾਤਸ਼ਾਹ ਕਹਿੰਦੇ ਨੇ ਬਈ ਉਹਦੇ ਅੰਦਰ ਇਹ ਵਿਤਕਰੇ ਮੁੱਕ ਜਾਂਦੇ ਨੇ ਫਿਰ ਉਸ ਨੂੰ ਜੀਵਨ ਚ ਸਾਰੇ ਬਰਾਬਰ ਲੱਗਦੇ ਨੇ ਉਹਨੂੰ ਕਾਸਟ ਕਲਰ ਤੇ ਕ੍ਰੀਡ ਵੇਸ ਤੇ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਕਿ ਬਈ ਇਹ ਫਲਾਹ ਜਾਤ ਹੈ ਇਹ ਫਲਾਹ ਜਾਤ ਹੈ ਸਗੋਂ ਉਸ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਵੀ ਅਵਰ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਸ ਗੱਲ ਦੀ ਜਦੋਂ ਸਮਝ ਆ ਜਾਏ ਤੇ ਫਿਰ ਨਿਮਰਤਾ ਵਾਲਾ ਗੁਣ ਪੈਦਾ ਹੋ ਜਾਂਦਾ ਹੈ ਤੇ ਨਿਮਰਤਾ ਵਾਲਾ ਜਦੋਂ ਗੁਣ ਪੈਦਾ ਹੋ ਜਾਏ ਫਿਰ ਪਰਵਕਾਰੀ ਗੁੰਜੜੇ ਨੇ ਰੈੱਡ ਕਰਾਸ ਨੂੰ ਜਨਮ ਦਿੰਦੇ ਨੇ ਫਿਰ ਮਨੁੱਖ ਪਾਈਕ ਨਈਅ ਜੀ ਦੀ ਤਰ੍ਹਾਂ ਕੋਈ ਉਹਨਾਂ ਨੂੰ ਦੁਸ਼ਮਣ ਨਹੀਂ ਲੱਗਦਾ ਵੈਰੀਆਂ ਨੂੰ ਵੀ ਪਾਣੀ ਪਿਲਾ ਕੇ ਤੇ ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਸਰਬਤ ਦਾ ਗੁਣ ਹੈ ਉਸ ਤੇ ਪਹਿਰਾ ਦੇਣ ਦਾ ਜਿਹੜਾ ਰਾਹ ਹੈ ਉਹ ਹਮਵਾਰ ਹੋ ਜਾਂਦਾ ਹੁਣ ਗੁਰੂ ਪਾਚਾ ਜੀ ਕੰਦਰ ਵੀ ਇਹ ਸਾਰੇ ਵਿਤਕਰੇ ਮੁੱਕ ਜਾਂਦੇ ਨੇ ਤੇ ਜਗਤ ਵਿੱਚ ਦਿੜ੍ਹਤਾ ਜਦੋਂ ਆ ਗਈ ਪਰਬਲਤਾ ਜੀਵਨ ਦਾ ਤਾਇਆ ਕਲਪ ਕਰਕੇ ਮਨੁੱਖ ਨੂੰ ਰੱਬੀ ਮਾਰਗ ਦਾ ਪੰਦੀ ਬਣਾ ਦਿੰਦੀ ਹੈ ਅਗਲੀ ਪੰਕਤੀ ਪਾਚਾ ਬਖਸ਼ਿਸ਼ ਕਰਦੇ ਨੇ ਅਲੰਕਾਰ ਮਿਲ ਤੇ ਥੈਲੀ ਹੋਈ ਹੈ ਤਾਤੇ ਕਨਗਵ ਖਾਨੀ ਉਦਾਹਰਨ ਦਿੰਦੇ ਨੇ ਗੁਰਪਾਚ ਅਲੰਕਾਰ ਹੋ ਗਿਆ ਗਹਿਣਾ ਸੋਨਾ ਹੁਣ ਗੁਰਪਾਚਾ ਕਹਿੰਦੇ ਨੇ ਵੀ ਅਲੱਗ ਅਲੱਗ ਸੋਨੇ ਦੇ ਗਹਿਣੇ ਨੇ ਕੋਈ ਬਾਲੀਆਂ ਨੇ ਇਸੇ ਤਰੀਕੇ ਦੇ ਨਾਲ ਕੰਗਣ ਨੇ ਕੜੇ ਨੇ ਮੁੰਦੀਆਂ ਨੇ ਇਹਨਾਂ ਨੂੰ ਜਦੋਂ ਉਠਾਲੀ ਵਿੱਚ ਪਾ ਦਈਏ ਇਹ ਫਿਰ ਇੱਕ ਸੁੰਦਰ ਢੇਲੀ ਬਣ ਜਾਂਦੀ ਹੈ ਰਹਿਣੀ ਬਣ ਜਾਂਦੀ ਹੈ ਤੇ ਬਸ ਉਹ ਢੇਲੀ ਉਹ ਫਿਰ ਸੋਨਾ ਬਣ ਜਾਂਦੀ ਹੈ ਉਸ ਨੂੰ ਕੋਈ ਮੁਦਰੀ ਮੈਲਟ ਹੋਏ ਸੋਨੇ ਨੂੰ ਕੋਈ ਮੁਦਰੀ ਨਹੀਂ ਕਹਿੰਦਾ ਕੋਈ ਉਸ ਨੂੰ ਕੰਗਣ ਨਹੀਂ ਕਹਿੰਦਾ ਸਗੂ ਉਸ ਡਲੀ ਨੂੰ ਸੋਨਾ ਹੀ ਕਿਹਾ ਜਾਂਦਾ ਹੈ ਬਸ ਇਸੇ ਤਰੀਕੇ ਦੇ ਨਾਲ ਇਹ ਜੋ ਮਨੁੱਖਾ ਜਨਮ ਪਰਮਾਤਮਾ ਦੀ ਬਖਸ਼ਿਸ਼ ਦੁਆਰਾ ਸੰਸਾਰਕ ਜੀਵਨ ਨੂੰ ਮਿਲਿਆ ਹੈ ਜਦੋਂ ਪ੍ਰਭੂ ਪਰਮਾਤਮਾ ਦੀ ਇਹ ਜੋਤ ਪਰਮਾਤਮਾ ਵਿੱਚ ਵਿਕਾਸ ਕਰਕੇ ਲੀਨ ਹੋ ਜਾਂਦੀ ਹੈ ਫਿਰ ਇਹ ਪਰਮਾਤਮਾ ਹੀ ਅਖਵਾਉਂਦੀ ਹੈ ਇਸ ਦਾ ਇੰਡੀਵਿਜੂਅਲਟੀ ਇਸ ਦਾ ਵਿਅਕਤੀਗਤ ਜਿਹੜਾ ਅਚਰਣ ਹੈ ਉਹ ਸਰਬਤ ਤੇ ਪਰਪਕਾਰੀ ਗੁਨਾ ਨ ਲਬਰੇਜ਼ ਹੋ ਕੇ ਉਸ ਪ੍ਰਭੂ ਪਰਮਾਤਮਾ ਦੀ ਸਰਬਗਜੋਦ ਵਿੱਚ ਇੱਕ ਰਸ ਹੋ ਜਾਂਦਾ ਹੈ ਫਿਰ ਇਸ ਦਾ ਆਵਣ ਜਾਣ ਰਹੋ ਜਮਣਾ ਤੇ ਮਰਨਾ ਮੁੱਕ ਜਾਂਦਾ ਹੈ ਫਿਰ ਇਹ ਉਸ ਸਮੁੰਦਰ ਦੀਆਂ ਲਹਿਰਾਂ ਜਿਵੇਂ ਜੇ ਸਮੁੰਦਰ ਵੀ ਸਮਾ ਜਾਣ ਫਿਰ ਉਹਨਾਂ ਨੂੰ ਸਮੁੰਦਰ ਹੀ ਕਿਹਾ ਜਾਂਦਾ ਹੈ ਨਦੀਆਂ ਨਾਲਿਆਂ ਟੋਇਆਂ ਦਾ ਪਾਣੀ ਜਦੋਂ ਸਮੁੰਦਰ ਚ ਉਸ ਨੂੰ ਪਾ ਦਿਓ ਫਿਰ ਉਸ ਸਮੁੰਦਰੀ ਕਾਹਦਾ ਨਦੀ ਨਾਲਾ ਨਹੀਂ ਕਾਹਦਾ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਪੇਕਾ ਕਰ ਇਹ ਜਦੋਂ ਆਤਮਿਕ ਵਿਕਾਸ ਕਰਕੇ ਸੋਹਰੇ ਘਰ ਵਿੱਚ ਜਦੋਂ ਇਹ ਆਤਮਾ ਪਹੁੰਚਦੀ ਹੈ ਫਿਰ ਇਹ ਉਸ ਪਰਮਾਤਮਾ ਦਾ ਰੂਪ ਹੋ ਜਾਂਦੀ ਹੈ ਸੋਨੇ ਦੀ ਤਰ੍ਹਾਂ ਇੱਕ ਡੇਲੀ ਟੇਲੀ ਬਣ ਕੇ ਇਹਦਾ ਆਪਣਾ ਵਜੂਦ ਖਤਮ ਹੋ ਜਾਂਦਾ ਤੇ ਗੁਰੂ ਪਾਚਾ ਕਹਿੰਦੇ ਵੀ ਤਾਂ ਤੇ ਕਨਕ ਵਖਾਣੇ ਇਹ ਫਿਰ ਪਰਮਾਤਮਾ ਦਾ ਰੂਪ ਹੀ ਬਣ ਜਾਂਦਾ ਜਿਵੇਂ ਸੋਨੇ ਦੇ ਗਹਿਣਾ ਜਦੋਂ ਸੋਨਾ ਬਣ ਜਾਂ ਫਿਰ ਉਹ ਕੇਵਲ ਕਰੇਣੀ ਢੇਲੀ ਬਣ ਜਾਂਦੀ ਏ ਤੇ ਸੋਨਾ ਹੀ ਕੋ ਹੁੰਦੀ ਏ ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ ਬਾਜੇ ਅਣਖਤ ਬਾਨੇ ਗੁਰਪਾਛ ਸ਼ਬਦ ਦੇ ਆਖਰੀ ਬੋਲਾਂ ਚ ਬਖਸ਼ਿਸ਼ ਕਰਕੇ ਗੁਰੂ ਨਾਨਕ ਪਾਛਾ ਦੀ ਛਾਪ ਮਰ ਲਗਾ ਕੇ ਇਹ ਗੱਲ ਛੜੀ ਚੋਲੀ ਚ ਪਾ ਰਨੇ ਕਿ ਜਦੋਂ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਦੁਆਰਾ ਗੁਰੂ ਦੀ ਕਿਰਪਾ ਹੋ ਜਾਏ ਜੋਤ ਦਾ ਪ੍ਰਕਾਸ਼ ਜੀਵਨ ਦੇ ਅੰਦਰ ਪ੍ਰਚੰਡ ਹੋ ਜਾਏ ਫਿਰ ਦੀਵਾ ਬਲੈ ਹੰਦੇਰਾ ਜਾਏ ਫਿਰ ਜਦੋਂ ਦੀਵਾ ਜਗ ਜਾਏ ਫਿਰ ਜਗਦੇ ਦੀਵੇ ਨਾਲ ਹੋਰ ਦੂਜਾ ਦੀਵਾ ਜਗ ਜਾਏ ਤੇ ਫਿਰ ਗੁਰੂ ਪਾਚਾ ਕੇ ਅੰਦਰ ਵੀ ਹਰਥਾਂ ਸ਼ੋਭਾ ਮਿਲਦੀ ਹੈ ਫਿਰ ਸਤਕਾਰ ਮਿਲਦਾ ਹੈ ਫਿਰ ਉਸ ਦੇ ਘੜਦੇ ਵਿੱਚ ਸਿਪਸਲਾ ਦੀ ਬਾਣੀ ਦਾ ਮਾਨੋ ਇੱਕ ਰਸਵਾਜਾ ਜਿਹੜਾ ਇਹ ਵੱਜਦਾ ਰਹਿੰਦਾ ਹੈ ਫਿਰ ਵਾਜੇ ਅਣਖਾ ਵਾਜੇ ਫਿਰ ਉਹਦੇ ਅਨਖਤ ਬਾਜੇ ਜਿਹੜੇ ਨੇ ਅੰਤੇ ਕਰਨ ਚ ਪ੍ਰਭੂ ਪਰਮਾਤਮਾ ਦਾ ਵਾਹਿਗੁਰੂ ਗੁਰਮੰਤਰ ਹੈ ਜਬ ਹੋਂ ਮੇਂ ਖੋਈ ਕਹੋ ਨਾਨਕ ਨੇਚਲ ਘਰ ਬੰਦੇ ਹੋਂ ਗੁਰ ਕੀ ਉਹ ਬੰਦਨੀ ਔਰ ਗੁਰਪਾਚਨ ਵੀ ਜਿਸ ਜੀਵ ਨੂੰ ਜਿਸ ਮਨੁੱਖ ਨੂੰ ਪ੍ਰਭੂ ਪਰਮਾਤਮਾ ਨੇ ਬਖਸ਼ਿਸ਼ ਕਰਕੇ ਜਿਸ ਨੇ ਇਹ ਪ੍ਰਬੰਧ ਕਰ ਦਿੱਤਾ ਕਿ ਜਿਸ ਨੂੰ ਇਹ ਸਮਝ ਆ ਗਈ ਕਿ ਜੀ ਕੀ ਇਕਾ ਹੀ ਪੈਮਾਨੀ ਬਈ ਇਕੋ ਇਕ ਜਿਹੜੀ ਮੰਨੀ ਜਾਏਗੀ ਤੇਰੀ ਗੱਲ ਅਰਦਾਸ ਵਜੂ ਉਹ ਕੇਵਲ ਪ੍ਰਭੂ ਪਰਮਾਤਮਾ ਦੇ ਦਰ ਤੇ ਹੈ ਫਿਰ ਉਹ ਆਪਣੇ ਯਤਨ ਛੱਡ ਦਿੰਦਾ ਹੈ ਉਹ ਫਿਰ ਸਮਰਪਿਤ ਹੋ ਕੇ ਪ੍ਰਭੂ ਪਰਮਾਤਮਾ ਦੇ ਦਰ ਤੇ ਕੇਵਲ ਗੁਰ ਕੀ ਉਹ ਬੰਦਾ ਨਹੀਂ ਗੁਰੂ ਦੇ ਬੰਧਣਾ ਵਿੱਚ ਜ਼ਿੰਦਗੀ ਤੁਰਦਾ ਹੈ ਮर्यादा ਅਨਸਾਰ ਜੀਵਨ ਤੋਲਦਾ ਹੈ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਹੋ ਜਾਂਦਾ ਹੈ ਤੇ ਫਿਰ ਪ੍ਰਭੂ ਚਰਣਾ ਵਿੱਚ ਉਸ ਨੂੰ ਟਿਕਾਣਾ ਪ੍ਰਾਪਤ ਹੋ ਜਾਂਦਾ ਹੈ ਐਸੇ ਟਿਕਾਣੇ ਦੀ ਪ੍ਰਪਤੀ ਜਦੋਂ ਹੋ ਜਾਏ ਤੇ ਫਿਰ ਭਾਈ ਲੈਣੇ ਤੂੰ ਗੁਰੂ ਅੰਗਦ ਬਣ ਕੇ ਗੁਰੂ ਨਾਨਕ ਦਾ ਹੀ ਰੂਪ ਹੋ ਜਾਂਦਾ ਹੈ ਮੁਰਪਾਛਾ ਬਖਸ਼ਿਸ਼ ਕਰਨ ਗੁਰੂ ਦੀ ਗੰਮੀ ਵਿਚਾਰ ਸਾਨੂੰ ਇਸ ਗੱਲ ਦਾ ਅਹਿਸਾਸ ਕਰਵਾ ਦੇ ਕਿ ਅਕਾਲ ਪੁਰਖ ਵਈ ਗੁਰੂ ਸੁਪਰੀਮ ਹੈ ਇਕੋ ਇੱਕ ਵਾਹਿਦ ਹਸਤੀ ਹੈ ਉਹ ਕੇਵਲ ਇਕੋ ਇੱਕ ਐਸੀ ਹਸਤੀ ਹੈ ਜਿਸ ਦੇ ਦਰਤੇ ਜੈਸੀ ਨਤਮਸਤਕ ਹੋ ਜਾਈਏ ਤੇ ਫਿਰ ਜੀਵਨ ਸਵਰਜਾਏਗਾ ਜ਼ਿੰਦਗੀ ਦਾ ਮਕਸਦ ਜੋ ਹੈ ਪੂਰਾ ਕਰਕੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮਲੇ ਦੀ ਵਿਵਸਥਾ ਪ੍ਰਵਤ ਕਰ ਸਕਦੇ ਆ ਇੰਨੀਆਂ ਵਿਚਾਰਾਂ ਪ੍ਰਵਾਨ ਅਗਾਧ ਬੋਧ ਬਾਨੀ ਹੋਈਆਂ ਪੁੱਲਾਂ ਬਖਸ਼ ਲੈਣਾ ਇੱਕ ਬਾਣੀ ਚੈਨਲ ਦੀ ਸੋਚੀ ਪ੍ਰਬੰਧਕੀ ਟੀਮ ਦਾ ਬੋਧ ਬੋਧ ਧੰਨਵਾਦ ਫਤਹਿ ਨਾਲ ਸੰਕਰੋ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਹਿ